ਸ਼੍ਰੀਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਪੰਜਾਬੀ ਐਕਟਿਵ ਟੀਵੀ ਤੇ ਮੈਂ ਹਾਂ ਸਰਬਜੀਤ ਕੌਰ, ਕੈਮਰਾਮੈਨ ਸਤਨਾਮ ਸਿੰਘ ਦੇ ਨਾਲ। ਅੱਜ ਅਸੀਂ ਪਹੁੰਚੇ ਹਾਂ ਪਿੰਡ ਕੰਗ ਦੇ ਵਿੱਚ, ਜਿੱਥੇ ਕਿ ਸਰਦਾਰ ਅਮਨਦੀਪ ਸਿੰਘ ਸ਼ਾਹ ਹੁਣੀ ਬਹੁਤ ਹੀ ਭਾਰੀ ਲੀਡ ਦੇ ਨਾਲ ਇਲੈਕਸ਼ਨ ਜਿੱਤੇ ਹਨ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਪੰਚ ਸਾਹਿਬ, ਬਹੁਤ ਬਹੁਤ ਵਾਸ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਜਿਹੜਾ ਤੁਸੀਂ ਹੁਣ ਸਾਡੇ ਕੋਲ ਪਹੁੰਚੇ ਜੇ, ਅਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਜਿਹੜੇ ਤੁਹਾਡੇ ਸਮੂਹ ਦਰਸ਼ਕਾਂ ਦੇ ਨਾਲ ਜਿਹੜਾ ਸਾਂਝ ਪਾਈ ਆ, ਸਭ ਤੋਂ ਪਹਿਲਾਂ ਦੇ ਜਿਹੜੇ ਸਰੋਤੇ ਆ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਰਪੰਚ ਸਾਹਿਬ, ਇਹ ਇਲੈਕਸ਼ਨ ਦਾ ਦੌਰ ਕਿੱਦਾਂ ਦਾ ਰਿਹਾ? ਕੀ ਕੀ ਮੁਸ਼ਕਲਾਂ ਪੇਸ਼ ਆਈਆਂ? ਵੇਖੋ ਜੀ, ਇਲੈਕਸ਼ਨ 'ਤੇ ਜਿਹੜੀ ਆ ਨਾ ਉਹ ਹਮੇਸ਼ਾ ਕਠਿਨ ਹੀ ਹੁੰਦੀ ਹੈ ਜੀ, ਕੋਈ ਵੀ ਮੁਕਾਬਲਾ ਜਿਹੜਾ ਵਾ ਉਹ ਕਠਿਨ ਹੀ ਹੁੰਦਾ, ਅਤੇ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੈ ਅਤੇ ਇਹ ਸਾਰੀਆਂ ਇਲੈਕਸ਼ਨਾਂ ਨੂੰ ਮੁਸ਼ਕਲ ਹੁੰਦੀ। ਜਿੱਦਾਂ MP ਦੀ ਲਾ ਲਈਏ, MLS ਦੀ ਲਾ ਲਈਏ, ਉਹਨਾਂ ਦੇ ਵਿੱਚ ਇੰਟਰਫੇਰੈਂਸ ਗੌਰਮੈਂਟ ਦੀ ਬਹੁਤ ਘੱਟ ਹੁੰਦੀ ਹੈ, ਪਰ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੈ ਨਾ ਜੀ, ਇਹਦੇ ਵਿੱਚ ਗੌਰਮੈਂਟ ਬਹੁਤ ਜ਼ਿਆਦਾ ਇੰਟਰਫੇਅਰ ਕਰਦੀ ਆ, ਗੌਰਮੈਂਟ ਨੂੰ ਕਰਨਾ ਨਹੀਂ ਚਾਹੀਦਾ। ਜਿੱਦਾਂ MLA ਸਾਹਿਬ ਦੀ ਇਲੈਕਸ਼ਨ ਹੁੰਦੀ ਆ, MP ਦੀ ਇਲੈਕਸ਼ਨ ਹੁੰਦੀ, ਉਹਦੇ ਵਿੱਚ ਇੰਟਰਫੇਰੈਂਸ ਨਹੀਂ ਹੁੰਦੀ, ਇੱਦਾਂ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਵੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਇੰਟਰਫੇਰੈਂਸ ਹੈ, ਭਾਵੇਂ ਕੋਈ ਵੀ ਗੌਰਮੈਂਟ ਕਰੇ, ਇਹ ਜਿਹੜੀ ਹੈ ਨਾ ਸਾਫ਼ ਸੁਥਰੀ ਹੋਣੀ ਚਾਹੀਦੀ ਆ। ਅਤੇ ਸਾਡੀ ਇਲੈਕਸ਼ਨ ਠੀਕ ਰਹੀ ਹੈ ਜੀ, ਕੋਈ ਗੱਲ ਨਹੀਂ, ਪਿੰਡ ਦਾ ਨਗਰ ਦਾ ਬਹੁਤ ਸਹਿਯੋਗ ਸੀ, ਬੜੇ ਬੜੇ ਸਿਆਣੇ ਸਿਆਣੇ ਜਿਹੜੇ ਸਾਡੇ ਸੀਨੀਅਰ ਲੋਕ ਸੀ, ਭਾਵੇਂ ਕਿਸੇ ਵੀ ਪਾਰਟੀ ਨੂੰ ਸੰਬੰਧ ਰੱਖਦੇ, ਉਹਨਾਂ ਨੇ ਇਲੈਕਸ਼ਨ ਨੌਜਵਾਨਾਂ ਨੂੰ ਨਾ ਚੰਗੀ ਸੇਧ ਦੇ ਕੇ ਚੰਗੀ ਇਲੈਕਸ਼ਨ ਕਰਵਾਈ ਹੈ ਜੀ। ਸਰਪੰਚ ਸਾਹਿਬ, ਪਿੰਡ ਦਾ ਕੋਈ ਵਿਕਾਸ ਇਹੋ ਜਿਹਾ ਹੋਵੇ ਜਿਹੜਾ ਤੁਹਾਡੇ ਧਿਆਨ ਵਿੱਚ ਹੋਵੇ ਕਿ ਹੋਣ ਵਾਲਾ ਹੈ ਅਤੇ ਜ਼ਰੂਰੀ ਹੈ ਕਰਨਾ? ਪਿੰਡ ਦਾ ਵਿਕਾਸ ਜੀ ਜਿਹੜਾ ਹੋਣ ਵਾਲਾ, ਉਹ ਜਦੋਂ ਅਸੀਂ ਵੋਟਾਂ ਲੈਣ ਲੋਕਾਂ ਦੇ ਵਿੱਚ ਗਏ, ਉਹ ਸਾਨੂੰ ਵੋਟਰਾਂ ਨੇ ਨਾ ਨੋਟ ਕਰਵਾਇਆ। ਇੱਕ ਤਾਂ ਜ਼ਿਆਦਾਤਰ ਜਨਤਾ ਨੇ ਛੱਪੜਾਂ ਦਾ ਸਾਨੂੰ ਕਿਹਾ ਵੀ ਛੱਪੜ ਜਿਹੜੇ ਨਾ ਪਿੰਡ ਦੇ, ਇਹ ਇਹਨਾਂ ਦੀ ਸਾਫ਼ ਸਫਾਈ ਅਤੇ ਇਹਨਾਂ ਨੂੰ ਨਾ ਵਧੀਆ ਨਵੇਂ ਢੰਗ ਨਾਲ ਬਣਾਉਣ ਦੀ ਲੋੜ ਹੈ। ਜਿੱਦਾਂ ਕਈਆਂ ਪਿੰਡਾਂ ਦੇ ਵਿੱਚ ਵਾਟਰ ਟਰੀਟਮੈਂਟ ਪਲਾਂਟ ਲੱਗੇ ਆ, ਉਸ ਤਰ੍ਹਾਂ ਜਿਹੜੇ ਲਾਏ ਜਾਣ। ਅਤੇ ਪਾਣੀ ਜਿਹੜਾ ਹੈ, ਇਹ ਸਾਡਾ ਇਰਾਦਾ ਹੈ ਕਿ ਜਿਹੜਾ ਪਾਣੀ ਛੱਪੜਾਂ ਦਾ ਪਾਣੀ ਹੈ ਇਹ ਵੇਸਟ ਨਾ ਹੋਵੇ, ਇਹਨੂੰ ਛੱਪੜਾਂ ਤੋਂ ਬਾਅਦ ਇਹਨੂੰ ਸਿੰਚਾਈ ਦੇ ਲਈ, ਇਹਨੂੰ ਫਸਲਾਂ ਦੇ ਵਿੱਚ ਜਿਹੜਾ ਇਹਦੀ ਵਰਤੋਂ ਕੀਤੀ ਜਾਵੇ। ਸਰਪੰਚ ਸਾਹਿਬ, ਆਪਣੇ ਵੋਟਰਾਂ ਦਾ, ਸਪੋਟਰਾਂ ਦਾ, ਮਤਲਬ ਆਪਣੇ ਜਿਹਨਾਂ ਤੁਹਾਨੂੰ ਰਾਤ ਦਿਨ ਕਰਕੇ ਮਿਹਨਤ ਕਰਕੇ ਦਿੱਤਾ, ਕੀ ਕਹੋਗੇ? ਮੈਂ ਤੇ ਜੀ ਸਭ ਤੋਂ ਪਹਿਲਾਂ ਆਪਣੇ ਨਗਰ ਦਾ, ਆਪਣੇ ਨਗਰ ਦੇ ਲੋਕਾਂ ਦਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇਲੈਕਸ਼ਨ ਜਿਹੜੀ ਹੈ ਬੜੇ ਵਧੀਆ ਢੰਗ ਦੇ ਨਾਲ ਜਿਹੜੀ ਨੇਪਰੇ ਚੜ੍ਹਵਾਈ ਆ। ਅਤੇ ਸੋ ਬਾਕੀ ਜਿਹੜੇ ਜਿੰਨੇ ਵੀ ਮੇਰੇ ਵੋਟਰ ਨੇ, ਸਪੋਰਟਰ ਨੇ, ਉਹਨਾਂ ਦਾ ਤਾਂ ਮੈਂ ਬਹੁਤ ਹੀ ਧੰਨਵਾਦ ਕਰਦਾ, ਉਹਨਾਂ ਦਾ ਤਾਂ ਮੈਂ ਸਾਰੀ ਉਮਰ ਜਿਹੜਾ ਨਾ ਰਿਣੀ ਰਹਾਂਗਾ, ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਇਲੈਕਸ਼ਨ ਲੜੀ ਆ। ਅਤੇ ਉਹਨਾਂ ਨੇ ਜੀ ਮੈਨੂੰ ਖਿਲਾਰਿਆ ਸੀ, ਉਹਨਾਂ ਨੇ ਕਿਹਾ ਸੀ ਕਿ ਜੀ ਸਾਨੂੰ ਇੱਕ ਪੜ੍ਹਿਆ ਲਿਖਿਆ ਬੰਦਾ ਸਰਪੰਚ ਚਾਹੀਦਾ ਵਾ। ਅਤੇ ਮੇਰੀ ਜਿਹੜੀ ਪੜ੍ਹਾਈ ਆ ਜੀ, ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਆ, ਮੈਂ MSc ਖੇਤੀਬਾੜੀ ਕੀਤੀ ਆ, ਅਤੇ ਹੁਣ ਮੇਰਾ ਮਨ ਆ ਕਿ ਆਪਣੇ ਜਿਹੜੇ ਵੋਟਰ ਵੋਟਰ ਆ ਅਤੇ ਆਪਣੇ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਦੀਆਂ ਆਸਾਂ 'ਤੇ ਖਰਾ ਉਤਰਾਂ। ਸਰਪੰਚ ਸਾਹਿਬ, ਤੁਸੀਂ ਪਹਿਲੀ ਵਾਰੀ ਹੀ ਇਹ ਸੋਚਦੇ ਹੋ? ਹਾਂ ਜੀ, ਮੈਂ ਮੇਰੀ ਇਲੈਕਸ਼ਨ ਆਪਣੀ ਤਾਂ ਪਹਿਲੀ ਆ, ਪਰ ਸਾਡੇ ਪਰਿਵਾਰ ਨੇ ਪਿਛਲੇ ਲੰਮੇ ਸਮੇਂ ਤੋਂ ਬੜੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਆ ਪਾਰਟੀ ਦਾ ਯੋਗਦਾਨ ਪਾਇਆ। ਕਾਫੀ ਸਰਪੰਚ ਜਿਹੜੇ ਸਾਬਕਾ ਸਰਪੰਚ ਸਾਡੇ, ਸਭ ਤੋਂ ਪਹਿਲਾਂ ਮਹਿੰਦਰ ਸਿੰਘ, ਸਰਦਾਰ ਮਹਿੰਦਰ ਸਿੰਘ ਹੋਣੀ ਰਹੇ ਆ, ਉਹਨਾਂ ਦੀ ਕਾਫੀ ਮਦਦ ਕਰਦੇ ਰਹੇ ਆ। ਫਿਰ ਸਰਦਾਰ ਕੁੰਨਣ ਸਿੰਘ ਹੋਣੀ ਸਰਪੰਚ ਰਹੇ ਆ ਜੀ, ਉਹਨਾਂ ਦੀ ਵੀ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਅਸੀਂ ਸਰਦਾਰ ਜੰਗਜੀਤ ਸਿੰਘ ਰਹੇ ਆ, ਉਹਨਾਂ ਦੀ ਵੀ ਸਪੋਰਟ ਕੀਤੀ। ਸਰਦਾਰ ਪ੍ਰਗਟ ਸਿੰਘ ਹੋਣੀ ਬਣੇ ਆ, ਇਹਨਾਂ ਦੀ ਵੀ ਸਪੋਰਟ ਕੀਤੀ। ਉਸ ਤੋਂ ਬਾਅਦ ਜੀ ਸੰਗਤ ਨੇ ਕਿਹਾ ਜੀ ਐਨਕੇਰੀ ਤੁਹਾਨੂੰ ਮੌਕਾ ਦੇਣਾ ਵਾ, ਤੁਹਾਡੇ ਪਰਿਵਾਰ ਨੂੰ, ਸ਼ਾਹ ਪਰਿਵਾਰ ਨੂੰ ਅਸੀਂ ਜੀ ਸਰਪੰਚ ਬਣਾਉਣਾ। ਅਤੇ ਉਹ ਸਾਰੀ ਸੰਗਤ ਨੇ ਫਿਰ ਰਲ ਕੇ ਯੋਗਦਾਨ ਪਾ ਕੇ ਜੀ ਮੈਨੂੰ ਸਰਪੰਚ ਬਣਾਇਆ। ਠੀਕ ਹੈ ਜੀ, ਧੰਨਵਾਦ। ਕੈਮਰਾਮੈਨ ਸਤਨਾਮ ਸਿੰਘ ਸੋਹਲ ਦੇ ਨਾਲ ਸਰਬਜੀਤ ਕੌਰ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ। ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਸਰਬਜੀਤ ਕੌਰ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ। ਮੈਂ